ਕਾਂਗਰਸ ਸਰਕਾਰ ਨੂੰ ਘੇਰਨ ਦੇ ਲਈ ਅਕਾਲੀ ਦਲ ਪਾਰਟੀ ਵੱਲੋਂ ਹਰ ਹਲਕੇ ਵਿੱਚ ਪੋਲ ਖੋਲ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ, ਜਿਸ ਦੇ ਤਹਿਤ 11 ਮਾਰਚ ਨੂੰ ਸਮਾਣਾ ਵਿਖੇ ਪੋਲ ਖੋਲ ਰੈਲੀ ਦੇ ਲਈ ਹੁਣ ਤੋਂ ਹੀ ਅਕਾਲੀ ਦਲ ਵੱਲੋਂ ਮੀਟਿੰਗਾਂ ਕਰਕੇ ਪਾਰਟੀ ਵਰਕਰਾਂ ਨੂੰ ਰੈਲੀ ਵਿੱਚ ਵੱਧ ਤੋਂ ਵੱਧ ਪਾਰਟੀ ਆਗੂਆਂ ਨੂੰ ਸੁਨੇਹੇ ਦਿੱਤੇ ਜਾ ਰਹੇ ਹਨ। ਨਾਭਾ ਵਿਖੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ ਵਿੱਚ ਸੈਂਕੜੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਅੱਜ ਕਬੀਰ ਜੀ ਦੀ ਪ੍ਰਧਾਨਗੀ ਥੱਲੇ ਨਾਭੇ ਮੀਟਿੰਗ ਹੋਈ ਹੈ, ਜਿਹਦੇ ਵਿੱਚ ਜਿਹੜੀ 11 ਤਰੀਕ ਨੂੰ ਰੈਲੀ ਹੋਣੀ ਹੈ ਸਮਾਣੇ, ਉਹਦੇ ਲਈ ਵੱਧ ਤੋਂ ਵੱਧ ਬੰਦੇ ਲਿਜਾਣ ਦੇ ਲਈ ਹੋਈ ਹੈ। ਤੁਸੀਂ ਦੇਖਿਆ ਹੈ ਕਿ ਵਰਕਰਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ। ਅੱਜ ਰੈਲੀ ਤਾਂ ਇਹਨੇ ਅੱਜ ਬਣਾਤੀ ਸੀ, ਇੱਥੇ ਇੰਨੇ ਲੋਕ ਹੋਏ ਨੇ, ਐਡਾ ਬੜਾ ਇਕੱਠ ਹੋਇਆ ਕਿ ਅਸੀਂ ਤਾਂ ਮੀਟਿੰਗ ਬੁਲਾਈ ਸੀ, ਮੈਨੂੰ ਤਾਂ ਇਹ ਸੀ ਵੀ 10 ਬੰਦੇ ਹੋਣਗੇ, 15 ਬੰਦੇ ਹੋਣਗੇ, ਇਹ ਸੈਂਕੜੇ ਤਾਦਾਦ ਦੇ ਵਿੱਚ ਬੰਦੇ ਇਕੱਠੇ ਹੋਏ ਨੇ। ਇਹ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਕਿੰਨਾ ਗੁੱਸਾ ਹੈ। ਮਤਲਬ ਠੱਗੀ ਮਾਰੀ ਹੈ ਲੋਕਾਂ ਨਾਲ, ਉਸ ਨੂੰ 1 ਸਾਲ ਤੋਂ ਵੇਟ ਕਰ ਰਹੇ ਸੀ ਵੀ ਇਹ ਹੁਣ ਵੀ ਕੰਮ ਕਰਨਗੇ, ਹੁਣ ਵੀ ਕੰਮ ਕਰਨਗੇ। ਉਹ ਸਾਡੇ ਸਤਿਕਾਰਯੋਗ ਬਾਦਲ ਸਾਹਿਬ, ਪ੍ਰਧਾਨ ਸਾਹਿਬ ਸਾਡੇ ਸੁਖਬੀਰ ਜੀ, ਇਹਨਾਂ ਦਾ ਹੁਣ ਪੋਲ ਖੋਲ ਰਹੇ ਆ। ਇਹ ਲੋਕਾਂ ਨੂੰ ਦੱਸ ਰਿਹਾ ਵੀ ਭਾਈ ਤੁਸੀਂ ਕਿਸਾਨਾਂ ਨਾਲ ਠੱਗੀ ਮਾਰੀ ਹੈ, ਤੁਸੀਂ ਕਿਹਾ ਸੀ ਘਰੇ ਘਰੇ ਕਰਜ਼ਾ ਮਾਫ਼ ਕਰਾਂਗੇ, ਔਰ ਇੱਕ ਹੋਰ ਠੱਗੀ, ਸਰਕਾਰ ਬਣਨ ਤੋਂ ਪਹਿਲਾਂ ਤਾਂ ਝੂਠ ਬੋਲਣਾ ਸੀ, ਇਹ ਹੁਣ ਸਰਕਾਰ ਬਣਨ ਤੋਂ ਬਾਅਦ ਝੂਠ ਬੋਲਣਾ ਨਹੀਂ ਬੰਦ ਕਰ ਰਹੇ। ਨਾਭਾ ਤੋਂ ਬ੍ਰਿਜ ਖਰਾਣਾ ਦੀ ਰਿਪੋਰਟ, ਚੈਨਲ 2।